सरकार अपने रवैये दे उत्ते ना बदली। वो कहिंदे वी जिहड़े काले कानून आ रद्द नहीं करांगे, असीं इन्हां दे विच जिहड़ा हैगा वा बदलाव कर दांगे। ते तुहाडी की रणनीति, तुसीं इस नाल सहमत हो? असीं काले कानून सारे रद्द करावांगे। साडी जिहड़ी सहमति सोध करन दे विच साडी कोई सहमति नहीं। सानू बेशक साल दो साल जिन्ना चिर भी लंबा संघर्ष करना पऊगा, असी सरकार के खिलाफ करांगे। तो मतलब असी इस सोध के नाल बिल्कुल सहमत नहीं है। असी तो कानून वापस कराने के हक में सहमत हैं, तो करा के रहांगे। धन्यवाद। की कहना चाहते हो जो अज भारत बंद के सद्दे उत्ते किसान जथेबंदियों ने चक्का जाम किया वा, तो सरकार जी अपने जिद्दी सुभाअ दे उत्ते अड़ी हुई है काले कानूनां नूं लैके, ਸਾਡਾ ਕੀ ਕਹਿਣਾ ਸੀ? ਦੇਖੋ ਜੀ, ਜਿੱਦਾਂ ਜਿੱਦਾਂ ਸਾਡਾ ਸੰਘਰਸ਼ ਵੱਧਦਾ ਜਾ ਰਿਹਾ, ਕਿਉਂਕਿ ਤੁਸੀਂ ਪਹਿਲੀ ਵਾਰ ਵੀ ਆਏ ਜਦੋਂ ਮਤਲਬ ਮੋਦੀ ਦਾ ਦੁਸਹਿਰੇ ਵਾਲੇ ਦਿਨ ਪੁਤਲਾ ਸਾੜਿਆ ਸੀਗਾ, ਅਤੇ ਉਸ ਦਿਨ ਤਾਂ ਮਤਲਬ ਸਾਡਾ ਇਕੱਠ ਕਿੰਨਾ ਸੀ, ਉਸ ਤੋਂ ਬਾਅਦ ਕਿੰਨਾ ਹੋਇਆ, ਦਿਨੋਂ ਦਿਨ ਸੰਘਰਸ਼ ਜਿਹੜਾ ਆ ਚੜ੍ਹਦੀ ਕਲਾ ਵੱਲ ਜਾ ਰਿਹਾ ਆ। ਅਤੇ ਇਸ ਕਰਕੇ ਜਿੱਤ ਜਿਹੜੀ ਆ ਉਹ ਕਿਸਾਨਾਂ ਦੀ ਲਾਜ਼ਮੀ ਆ। ਅਤੇ ਮਤਲਬ ਹੋ ਸਕਦਾ ਕੱਲ੍ਹ ਦੀ 9 ਦੀ ਮੀਟਿੰਗ ਦੇ ਵਿੱਚ ਹੀ ਸਾਡਾ ਜਿਹੜਾ ਆ ਸਫਲ ਹੋ ਸਕੀਏ। ਓਕੇ, ਅੱਜ ਸਾਡੇ ਕਿਸਾਨੀ ਦੇ ਕਿੱਤੇ ਵਿੱਚ ਮਸ਼ਹੂਰ ਸਾਡੀਆਂ ਬੇਟੀਆਂ, ਜੋ ਕਿ ਕਿਸਾਨਾਂ ਦੀਆਂ ਬੇਟੀਆਂ ਹਨ, ਅੱਜ ਸੰਘਰਸ਼ਸ਼ੀਲ ਹੋਈਆਂ ਹਨ, ਸੰਘਰਸ਼ਾਂ ਦੇ ਵਿੱਚ ਹਿੱਸੇ ਲੈਣ ਆਈਆਂ ਹਨ, ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਵਾਸਤੇ। ਸਾਡੇ ਨਾਲ ਜੁੜੀ ਹਨ ਬੇਟੀ ਸੁਖਮਨਦੀਪ ਕੌਰ, ਜੋ ਇੱਕ ਕਵਿਤਾ ਬੋਲੇਗੀ, ਪੁੱਛ ਰਹੇ ਹਨ। ਹਾਂਜੀ ਬੇਟਾ ਜੀ। ਕੋਈ ਸੋ ਰਿਹਾ ਸੜਕ ਕਿਨਾਰੇ ਤੇ, ਕੋਈ ਕਰਦਾ ਹੈ ਸ਼ੁਕਾਰੇ ਤੇ, ਕੋਈ ਤਰਸੇ ਬੇਹੇ ਟੱਕਰ ਨੂੰ, ਕੋਈ ਪੀ ਕੇ ਜੱਪੇ ਕੁੱਪੜ ਨੂੰ, ਕਿਤੇ ਭੁੱਖੇ ਨਿਆਣੇ ਸੁੱਤੇ ਨੇ, ਕਿਤੇ ਦੁੱਧ ਪੀਣ ਨੂੰ ਕੁੱਤੇ ਨੇ, ਕਿਤੇ ਨੰਗਾ ਕੰਬੇ ਰਾਹਾਂ ਦੇ, ਕਿਤੇ ਟੰਗੇ ਹੋਏ ਨੇ ਕੋਟ ਬਾਹਾਂ ਦੇ, ਕਿਤੇ ਕਿਤੇ ਤਾਰੇ ਹੁੰਦੇ ਨੇ, ਰਿਸ਼ਵਤ ਨਾਲ ਗੁਜ਼ਾਰੇ ਹੁੰਦੇ ਨੇ। ਕਦੇ ਬੰਦਾ ਬਣ ਕੇ ਆ ਰੱਬਾ, ਤੈਨੂੰ ਦੁੱਖ ਸੁਣਾਉਣਾ ਚਾਹੁੰਦੇ ਹਾਂ, ਇਸੇ ਗੱਲ ਦੀ ਖਾਤਰ ਬੁਲਾਉਣਾ ਚਾਹੁੰਦੇ। ਅੱਜ ਕਿਸਾਨ ਜਥੇਬੰਦੀਆਂ ਵੱਲੋਂ ਪੂਰਾ ਭਾਰਤ ਬੰਦ ਹੈ। ਅਸੀਂ ਇੱਥੇ ਫੱਤੂ ਢਿੰਗਾ ਅੱਡੇ ਤੇ ਆਪਣੇ ਮਾਂ ਪਿਓ ਲਈ, ਕਿਸਾਨਾਂ ਦੀਆਂ ਬੇਟੀਆਂ, ਅਸੀਂ ਇੱਥੇ ਨਾਲ ਸੰਘਰਸ਼ ਕਰ ਰਹੇ ਹਾਂ। ਤੇ ਇਹ ਸੰਘਰਸ਼ ਉਦੋਂ ਤੱਕ ਚੱਲਦਾ ਰਹੂਗਾ ਜਦੋਂ ਤੱਕ ਸਾਡੇ ਕਿਸਾਨਾਂ ਨੂੰ ਸਾਨੂੰ ਸਾਡਾ ਹੱਕ ਨਹੀਂ ਮਿਲਦਾ। ਜਦੋਂ ਤੱਕ ਤਿੰਨੋਂ ਕਾਨੂੰਨ ਰੱਦ ਨਹੀਂ ਕੀਤੇ ਜਾਊਗੇ, ਅਸੀਂ ਇੱਦਾਂ ਹੀ ਸੰਘਰਸ਼ ਕਰਦੇ ਰਹਾਂਗੇ। ਪਹੁੰਚ ਚੁੱਕੇ ਹਨ, 10 ਵੀ ਕੱਲ ਹਾਜ਼ਰੀ ਭਰ ਕੇ ਆਇਆ ਹੈ, ਅਤੇ ਸਾਰਿਆਂ ਦੀ ਇਹੋ ਮੰਗ ਹੈ ਕਿ ਕਾਲੇ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ। ਇਸ ਵਾਸਤੇ ਦਾਸ ਦੀ ਇਹੋ ਅਰਦਾਸ ਹੈ, ਵਾਹਿਗੁਰੂ ਕਿਰਪਾ ਕਰੇ, ਕਿਸਾਨ ਵੀਰਾਂ ਨੂੰ ਸਫਲਤਾ ਬਖਸ਼ੇ, ਅਤੇ ਮੋਦੀ ਸਰਕਾਰ ਨੂੰ ਵੀ ਸਤਿਗੁਰੂ ਜੀ ਸਮਰਥ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹਦਾ ਅਪਮਾਨ ਆ। ਅਸੀਂ ਸਭ ਤਬਕਿਆਂ ਨੂੰ, ਹਰ ਸੰਘਰਸ਼ੀਲ, ਖੇਤੀ ਇੱਕ ਐਸਾ ਕਿੱਤਾ ਵਾ ਜਿਸ 'ਚ ਹਰ ਤਬਕਾ, ਹਰ ਵਰਗ ਜਿਹੜਾ ਵਾ ਸ਼ਾਮਿਲ ਆ, ਅਤੇ ਉਹ ਸਾਰੇ ਨੂੰ ਇਹ ਅਪੀਲ ਕਰਾਂਗੇ ਵੀ ਆਓ ਇਸ ਨੂੰ ਸਾਰਿਆਂ ਨੂੰ ਰਲ ਕੇ ਹੋਰ ਵੱਡੇ ਪੱਧਰ 'ਤੇ ਕਰੀਏ। ਤੁਸੀਂ ਪਿਛਲੇ ਦਿਨਾਂ 'ਚ ਦੇਖਿਆ ਵੀ ਇਹ ਫੱਤੂ ਢਿੰਗੇ ਦਾ ਇਕੱਠ ਲਗਾਤਾਰ ਵੱਧਦਾ ਜਾ ਰਿਹਾ, ਅਤੇ ਉਹ ਲੜਾਈ ਜਿਹੜੀ ਆ ਉਹ ਅੱਗੇ ਹੋਰ ਵੱਡੇ ਪੱਧਰ 'ਤੇ ਜਾਂਦੀ। ਅੱਜ ਬਹੁਜਨ ਸਮਾਜ ਪਾਰਟੀ ਨੇ ਕਪੂਰਥਲਾ ਵਿਖੇ ਕਿਸਾਨਾਂ ਦੀ ਹਮਾਇਤ ਕੀਤੀ ਆ, ਉਸ ਸੰਬੰਧ 'ਚ ਕੀ ਕਹੋਗੇ? ਅਸੀਂ ਹਰ ਉਸ ਤਬਕੇ, ਹਰ ਉਸ ਜਥੇਬੰਦੀ ਦੀ ਸਵਾਗਤ ਕਰਾਂਗੇ ਜਿਹੜਾ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰ ਰਿਹਾ ਹੈ। ਉਹ ਵੀ ਸਾਡੇ ਭਾਈ ਜਿਹੜੇ ਆ ਉਹ ਮਤਲਬ ਕਿ ਸਿਆਸੀ ਵਖਰੇਵੇਂ ਹੋ ਸਕਦੇ ਨੇ, ਪਰ ਅਸਲ ਦੇ ਵਿੱਚ ਉਹ ਵੀ ਸੰਘਰਸ਼ਸ਼ੀਲ ਮਿਹਨਤਕਸ਼ ਤਬਕਾ ਹੀ ਆ, ਜਿਹੜੇ ਕਿ ਇੱਥੇ ਜਿਹੜੇ ਆ ਉੱਥੇ ਬੈਠੇ ਆ, ਅਸੀਂ ਇੱਥੇ ਬੈਠੇ ਆ, ਅਸੀਂ ਉਹਨਾਂ ਦੇ ਉਸ ਜਿਹੜੇ ਸੰਘਰਸ਼ ਦੀ ਉਹ ਸਾਡੀ ਹਮਾਇਤ ਕਰਦੇ ਹਾਂ, ਅਤੇ ਅਸੀਂ ਉਹਦਾ ਸਵਾਗਤ ਕਰਦੇ ਹਾਂ। ਧੰਨਵਾਦ।